من بسم الرحمن लिखी हुई किताबाद वर्क बच्चे उच्चे छत दछल दे दरिया दब की मार जरूर पैनी है नहीं उसन कोई हटान वाला जिस दिन कंबेगा आसमान लड़दा खा के तुर खिला पहाड़ उड़दे हो बुरा हाल है उस दिन चुठराण वाले का ਉਹ ਜਿਹੜੇ ਅੱਜ ਹੁਜਤਬਾਦੀ ਵਿੱਚ ਖੇਡ ਰਹੇ ਨੇ ਜਿਸ ਦਿਨ ਖੂਬ ਤੱਕੇ ਦੇ ਦੇ ਕੇ ਤੋਰੇ ਜਾਣਗੇ ਦੋਜ਼ਖਤ ਦੀ ਅਗਵਲ ਆਖਿਆ ਜਾਏਗਾ ਇਹ ਹੈ ਉਹ ਅਗ ਜਿਸ ਨੂੰ ਤੁਸੀਂ ਚਿਟੜਾਉਂਦੇ ਹੁੰਦੇ ਸਾਬ ਕਿਉਂ ਫੇਰ ਇਹ ਜਾਦੂ ਏ ਜਾਂ ਤੁਹਾਨੂੰ ਨਜ਼ਰ ਨਹੀਂ ਆਉਂਦਾ ਬੜੋ ਇਸ ਵਿੱਚ ਫਿਰ ਸਬਰ ਕਰੋ ਜਾਂ ਨਾ ਸਬਰ ਕਰੋ ਇੱਕੋ ਜਿਹਾ ਹੈ ਤੁਹਾਨੂੰ ਨਿਹਰਾ ਉਹ ਬਦਲਾ ਪਾਉਗੇ ਜੋ ਕਰਦੇ ਸਾਬ ਬਾਤ ਕੇ ਤੁਰਨ ਵਾਲੇ ਨੇ ਜ਼ਰੂਰ ਬਾਗਾਂ ਤੇ ਨਹਿਮਤਾ ਵਿੱਚ ਮੌਂਜਾ ਮਾਰਦੇ ਉਸ ਨਾਲ ਜੋ ਦਿੱਤਾ ਉਹਨਾਂ ਨੂੰ ਉਹਨਾਂ ਦੇ ਰੱਬ ਨੇ ਤੇ ਬਚਾ ਦਿੱਤਾ ਉਹਨਾਂ ਨੂੰ ਉਹਨਾਂ ਦੇ ਰੱਬ ਨੇ ਦੋਜ਼ਖ ਦੇ ਅਜ਼ਾਬੋਂ ਉਹਨਾਂ ਨੂੰ ਆਖਿਆ ਜਾਏਗਾ ਖਾਓ ਤੇ ਪੀਓ ਸੁਖੱਲਾ ਸੰਗੋ ਲੰਗਦਾ ਬਦਲੇ ਉਸ ਜਿਹੜੇ ਤੁਸੀਂ ਅਮਲ ਕਰਦੇ ਸਾਬ ਸਰਾਣੇ ਲਗਾ ਕੇ ਸੱਪ ਬਣ ਕੇ ਬਿਚਾਈਆਂ ਹੋਇਆਂ ਤਖਤ ਉੱਤੇ ਤੇ ਵਿਆਹ ਦਿੱਤੀਆਂ ਸਾਂ ਉਹਨਾਂ ਨੂੰ ਗੋਰੀਆਂ ਮੋਟੀਆਂ ਅੱਖਾਂ ਵਾਲੀਆਂ ਜਿੰਨਾ ਮੰਨਿਆ ਤੇ ਮਗਰ ਤਰੀ ਔਲਾਦ ਉਹਨਾਂ ਦੇ ਉਹਨਾਂ ਦੀ ਮੰਨਣ ਵਿੱਚ ਮਿਲਾ ਦੇਾਂਗੇ ਅਸੀਂ ਉਹਨਾਂ ਨਾਲ ਉਹਨਾਂ ਦੀ ਔਲਾਦ ਨੂੰ ਵੀ ਤੇ ਘਟਾਦ ਨਾ ਦੇਾਂਗੇ ਅਸੀਂ ਉਹਨਾਂ ਨੂੰ ਉਹਨਾਂ ਦੇ ਅਮਲਾਂ ਵਿੱਚੋਂ ਕੁਝ ਵੀ ਹਰ ਆਦਮੀ ਬਦਲੇ ਆਪਣੀ ਕਮਾਈ ਦੇ ਗਹਿਣੇ ਪਿਆ ਹੋਇਆ ਤੇ ਉੱਤੋਂ ਰਿੱਤੀ ਦਿਆਂਗੇ ਅਸੀਂ ਉਹਨਾਂ ਨੂੰ ਮੇਵਾ ਤੇ ਗੋਸ਼ਟ ਜਿਸ ਚੀਜ਼ ਦਾ ਜੀ ਚਾਏ ਇੱਕ ਦੂਜੇ ਦੇ ਹੱਥੋਂ ਖੋਂਦੇ ਨੇ ਉੱਥੇ ਪਿਆਲਾ ਸ਼ਰਾਬ ਦਾ ਨਾ ਬਕਵਾਸ ਹੈ ਉਸ ਸ਼ਰਾਬ ਵਿੱਚ ਤੇ ਨਾ ਗੁਨਾਹ ਵਿੱਚ ਪੈਣਾ ਤੇ ਫਿਰੇ ਪਾਉਂਦੇ ਨੇ ਉਹਨਾਂ ਕੋਲ ਖਾਦਮ ਉਹਨਾਂ ਦੇ ਜਿਉ ਮੋਤੀ ਨੇ ਟੱਕੇ ਹੋਏ ਤੇ ਮੂੰਹ ਕੀਤਾ ਇੱਕ ਨਾ ਇੱਕ ਨਾ ਵਾਲੇ ਲੱਗੇ ਆਪੇ ਵਿੱਚ ਪੁੱਛਣੇ ਹਾਲਾਤ ਗੁਜ਼ਰੇ ਹੋਏ ਦੁਨੀਆ ਵਿੱਚ ਦੇ ਆਖਿਓ ਨੇ ਅਸੀਂ ਸਾਂ ਇਹਦੋਂ ਪਹਿਲੇ ਆਪਣੇ ਘਰ ਵਾਲਿਆਂ ਵਿੱਚ ਡਰਦੇ ਰਹਿੰਦੇ ਫੇਰ ਇਸ਼ਾਨ ਕੀਤਾ ਅੱਲਾ ਨੇ ਅਸਾਂ ਉੱਤੇ ਬਚਾ ਦਿੱਤਾ ਸਾਨੂੰ ਤਤੀ ਲੂ ਦੇ ਅਜ਼ਾਬੋਂ ਅਸੀਂ ਇਹਦੋਂ ਪਹਿਲੇ ਵੀ ਸਦਦੇ ਸਾਂ ਉਹਨੂੰ ਹੀ ਜ਼ਰੂਰ ਉਹ ਹੀ ਇਹ ਨੇਕ ਸ਼ਲੂਕ ਕਰਨ ਵਾਲਾ ਮਿਹਰਬਾਨ ਹਬੀਬ ਹੁਣ ਮਤ ਦੇਂਦਾ ਰਹਿ ਫੇਰ ਨਾ ਤੂੰ ਆਪਣੇ ਰੱਬ ਦੇ ਫਜ਼ਲ ਨਾਲ ਕਾਹਨੇ ਤੇ ਨਾ ਸੁਦਾਈ ਆਖਦੇ ਨੇ ਸ਼ਾਇਰ ਅਸੀਂ ਉਡੀਕਨੇ ਆਏ ਜਦ ਦੀ ਗਰਦਸ਼ ਦਮਾਨੇ ਦੀ ਪਈਏ ਤੇ ਕੋਲੋਂ ਪਿੱਛੇ ਛੁੱਟ ਜਾਏ ਤੁਸੀਂ ਆਖੋ ਉਡੀਕੋ ਫਿਰ ਮੈਂ ਵੀ ਤੁਸਾਂ ਨਾਲ ਨਾ ਉਡੀਕਣ ਵਾਲਿਆਂ ਵਿੱਚੋਂ ਭਲਾ ਇਹੋ ਕੁਝ ਫਰਮਾਂਦੀਆਂ ਨੇ ਉਹਨਾਂ ਨੂੰ ਇਕਲਾ ਉਹਨਾਂ ਦੀਆਂ ਜਾਂ ਉਹ ਲੋਕ ਨੇ ਦਿਸ਼ੂਨੀ ਵਿੱਚਾ ਡੋਂਟ ਆਪਣੇ ਭਲਾ ਆਖਦੇ ਨੇ ਆਪੇ ਬਣਾ ਲਈ ਸੁ ਇਹ ਗੱਲ ਸਗੋ ਈਮਾਨ ਲਿਆਉਣਾ ਹੀ ਨਹੀਂ ਚਾਹਦੇ ਤਾਂ ਬਣਾ ਲਿਆ ਵਣ ਇੱਕ ਗੱਲ ਇਹੋ ਜਈ ਜਿਹ ਹੈ ਸੱਚੇ ਪਲਾ ਇਹ ਪੈਦਾ ਹੋ ਪਏ ਨੇ ਬਗੈਰ ਕਿਸੇ ਪੈਦਾ ਕਰਨ ਵਾਲੇ ਦੇ ਜਾਂ ਆਪੇ ਨੇ ਆਪਣੇ ਆਪ ਨੂੰ ਪੈਦਾ ਕਰਨ ਵਾਲੇ ਪਲਾ ਉਹਨਾਂ ਬਣਾਏ ਨੇ ਅਸਮਾਨ ਤੇ ਜ਼ਮੀਨ ਸਗੋ ਇਹ ਯਕੀਨ ਨਹੀਂ ਰੱਖਦੇ ਪਲਾ ਉਹਨਾਂ ਕੋਲ ਨੇ ਖਜ਼ਾਨੇ ਤੇਰੇ ਰੱਬ ਦੇ ਯਾ ਉਹ ਦਰੋਗੇ ਲੱਗੇ ਹੋਏ ਨੇ ਪਲਾ ਉਹਨਾਂ ਕੋਲ ਕੋਈ ਪੌੜੀ ਹੈ ਜਿਸ ਉੱਤੇ ਚੜ ਕੇ ਸੁਣਗੁਣ ਲੈਂਦੇ ਨੇ ਉਤਲੇ ਜਾਣ ਦੀ ਤਾਂ ਲੈ ਆਉਣ ਕੋਈ ਸੁਣਨ ਵਾਲਾ ਉਹਨਾਂ ਦਾ ਕੋਈ ਦਲੀਲ ਜ਼ਾਹਿਰ ਕਿਉਂ ਉਹ ਦੇ ਦਿੱਤੀਆਂ ਨੇ ਤੇ ਤੁਸਾਂ ਲਈ ਨੇ ਪੁੱਤਰ ਪਲਾ ਤੂੰ ਮੰਗਣਾ ਹੈ ਉਹ ਨਾ ਤੂੰ ਕੁਝ ਮਜ਼ਦੂਰੀ ਤਾਂ ਉਹ ਚੱਟੀ ਦੇ ਪਾਰ ਨਾਲ ਮਰਨ ਲੱਗੇ ਨੇ ਪਲਾ ਉਹਨਾਂ ਕੋਲ ਇਲਮ-ਏ-ਗੈਬ ਦਾ ਸੋ ਲਿਖ ਲੈਂਦੇ ਨੇ ਤਾਂ ਉਹਨਾਂ ਨੂੰ ਲੋੜ ਨਹੀਂ ਉਸ ਗੈਬ ਦੇ ਇਲਮ ਦੀ ਜੋ ਤੇਰੇ ਵੱਲ ਉਤਰਦਾ ਪਲਾ ਚਾਹਦੇ ਨੇ ਕੁਝ ਦਾ ਲਾਣਾ ਅਗਰ ਇਹ ਗੱਲ ਹੈ ਤੇ ਜਿਹੜੇ ਬੇਈਮਾਨ ਹੋਏ ਨੇ ਉਹਨਾਂ ਹੀ ਨੂੰ ਦਾ ਲੱਗਣਾ ਹੈ ਪਲਾ ਉਹਨਾਂ ਦਾ ਕੋਈ ਮਾਬੂਦ ਦੇ ਸਿਵਾ ਲਾ ਦੇ ਅੱਲਾ ਪਾ ਕੇ ਉਸ ਤੋਂ ਜਿਸ ਨੂੰ ਸ਼ਰੀਕ ਬਣਾਉਂਦੇ ਨੇ ਤੇ ਜੇ ਵੇਖਣ ਕੋਈ ਟੁਕੜਾ ਸੁਹਾਨ ਦਾ ਡਿੱਗਦਾ ਤਾਂ ਅੱਖਣ ਇਹ ਬਦਲੇ ਤਾ ਬਤਾ ਟੁਰਿਆ ਹੁੰਦਾ ਐ ਹਬੀਬ ਛੱਡੋ ਉਹਨਾਂ ਨੂੰ ਜਦ ਤੱਕ ਮਿਲਨਾਂ ਆਪਣੇ ਉਸ ਦਿਨ ਨੂੰ ਜਿਸ ਵਿੱਚ ਕੜਾਕਾ ਚੜੇਗਾ ਜਿਸ ਦਿਨ ਕਮਨਾ ਆਵੇਗਾ ਉਹਨਾਂ ਦੇ ਦਾਅ ਉਹਨਾਂ ਦਾ ਇੱਕ ਜਰਾ ਤੇ ਨਾਂ ਉਹਨੂੰ ਮਦਦ ਮਿਲੇਗੀ ਤੇ ਇਹਨਾਂ ਜ਼ਾਲਮਾਂ ਲਈ ਕਜ਼ਾਅ ਉਰੇ ਉਸ ਦੇ ਪਰ ਬਹੁਤੇ ਉਹਨਾਂ ਵਿੱਚੋਂ ਨਹੀਂ ਜਾਣਦੇ ਐ ਹਬੀਬ ਠਹਿਰਿਆ ਰਹਿ ਉਡੀਕਣਾ ਆਪਣੇ ਰੱਬ ਦੇ ਹੁਕਮ ਦਾ ਤੂੰ ਸਾਡੀਆਂ ਅੱਖਾਂ ਦੇ ਸਾਹਮਣੇ ਤੇ ਪਾਕੀ ਬੋਲ ਨਾਲ ਰਲਾ ਕੇ ਸੋਭਾ ਆਪਣੇ ਰੱਬ ਦੀ ਜਦ ਸਵੇਰੇ ਉੱਠੇ ਤੇ ਕੁਝ ਰਾਤ ਨੂੰ ਪਾਕੀ ਬੋਲ ਉਹ ਦੀ ਤੇ ਵਕਤ ਪਿੱਠ ਫੇਰਨੇ ਤਾਰਿਆਂ ਦੇ